ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ। ਹਾਂਜੀ, ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ ਪੋਸਟਾਂ ਕੱਢੀਆਂ ਗਈਆਂ ਸੀ HT ਅਤੇ CHT ਦੀਆਂ, ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ 35 ਅਸਾਮੀਆਂ ਸੀ ਸੈਂਟਰ ਹੈੱਡ ਟੀਚਰ ਦੀਆਂ ਅਤੇ 55 ਅਸਾਮੀਆਂ ਸੀ ਹੈੱਡ ਟੀਚਰ ਦੀਆਂ। ਇਹਨਾਂ ਅਸਾਮੀਆਂ ਦੀ ਭਰਤੀ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਅਸਾਮੀਆਂ ਦਾ ਨਤੀਜਾ ਜੋ 31/10/2021 ਨੂੰ ਵਿਭਾਗ ਦੀ ਵੈਬਸਾਈਟ ਦੇ ਉੱਪਰ ਘੋਸ਼ਿਤ ਕਰ ਦਿੱਤਾ ਗਿਆ ਸੀ, ਤਾਂ ਹੁਣ ਇਹਦੇ ਨਾਲ ਸੰਬੰਧਿਤ ਜੀ 20 ਜਨਵਰੀ 2022 ਸਵੇਰੇ 10 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਦੇ ਲਈ ਸੱਦਾ ਦਿੱਤਾ ਜਾਂਦਾ। ਦੇਖਦੇ ਹਾਂ ਜੀ ਸਕਰੂਟਨੀ ਦੇ ਲਈ ਤੁਸੀਂ ਕਿੱਥੇ ਜਾਣਾ ਅਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਮੇਨ ਚੀਜ਼ਾਂ ਨੇ ਨਾਲ ਲੈ ਕੇ ਜਾਣੀਆਂ ਨੇ ਅਤੇ ਕੱਟ ਆਫ ਮੈਰਿਟ ਕੀ ਗਈ ਹੈ। ਤੈਨੂੰ ਦੱਸਿਆ ਜੀ ਕਿ ਬਿਨੇ ਕਾਰਨ ਨਿਰਧਾਰਿਤ ਸ਼ਡਿਊਲ ਅਨੁਸਾਰ ਦਸਤਾਵੇਜ਼ਾਂ ਦੀ ਸਕਰੂਟਨੀ 'ਤੇ ਆਉਣ 'ਤੇ ਹੇਠ ਲਿਖੇ ਪੜਤਾਲ ਫਾਰਮ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਉਹਨੂੰ ਸਾਫ਼ ਸੁਥਰਾ ਭਰਨ, ਆਪਣੇ ਜਿਹੜੇ ਤੁਹਾਡੇ ਸਰਟੀਫਿਕੇਟ ਨੇ ਅਤੇ ਜਿਹੜੇ ਪੜਤਾਲ ਫਾਰਮ ਨੇ ਉਹਨਾਂ ਦੀ ਇੱਕ ਰਨਿੰਗ PDF ਤਿਆਰ ਕਰਨੀ ਆ। ਧਿਆਨ ਰੱਖਣਾ ਜੀ, ਰਨਿੰਗ PDF ਤਿਆਰ ਕਰਨੀ ਆ। CHT ਅਤੇ HT ਨਾਲ ਸੰਬੰਧਿਤ ਉਮੀਦਵਾਰ ਇਸ ਈਮੇਲ ID ਦੇ ਉੱਪਰ ਉਹਨੂੰ ਈਮੇਲ ਕਰਨਗੇ ਅਤੇ ਸਬਜੈਕਟ ਕਾਲਮ ਵਿੱਚ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਨਾਮ ਭਰ ਕੇ ਈਮੇਲ ਕਰਨਾ। ਇਹ ਸਾਰੇ ਡਾਕੂਮੈਂਟਸ ਨੇ, ਤੁਸੀਂ ਚੈੱਕ ਕਰ ਸਕਦੇ ਹੋ। ਅਫੀਸ਼ੀਅਲ ਨੋਟੀਫਿਕੇਸ਼ਨ ਵਿਭਾਗ ਨੇ ਆਪਣੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤਾ। ਹਾਂਜੀ, ਇਹ ਸਾਰੇ ਜੋ ਡਾਕੂਮੈਂਟਸ ਨੇ ਤੁਸੀਂ ਆਪਣੇ ਨਾਲ ਲੈ ਕੇ ਜਾਣੇ ਨੇ। ਹੁਣ ਅੱਗੇ ਦੇਖਦਾ ਜੀ ਕੱਟ ਆਫ ਮੈਰਿਟ ਹੈ ਜੋ ਕੀ ਰਹੀ ਹੈ ਇਹਨਾਂ ਦੀ। CHT ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸੈਂਟਰ ਹੈੱਡ ਟੀਚਰ 20 ਜਨਵਰੀ 2022 ਨੂੰ ਜਨਰਲ ਕੈਟਾਗਰੀ 106 ਅਤੇ 106 ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਇਹ 20 ਤਰੀਕ ਨੂੰ ਬੁਲਾਏ ਨੇ ਜੀ। SCR&OESM ਸੈਲਫ ਆਲ ਕੈਂਡੀਡੇਟ ਬੁਲਾਏ ਗਏ ਨੇ ਜੀ। ਡਿਪੈਂਡੈਂਟ 74 ਅਤੇ 74 ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਬੁਲਾਏ ਗਏ ਨੇ। ਜਨਰਲ ESM ਸੈਲਫ ਆਲ ਕੈਂਡੀਡੇਟਸ ਅਤੇ ਡਿਪੈਂਡੈਂਟ 83 ਅਤੇ 83 ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ, BC ਦੇ 100 ਅੰਕ ਜਾਂ 100 ਤੋਂ ਵੱਧ ਪ੍ਰਾਪਤ ਕਰਨ ਵਾਲੇ BC ESM ਆਲ ਕੈਂਡੀਡੇਟਸ, ਜਨਰਲ ਸਪੋਰਟਸ ਆਲ ਕੈਂਡੀਡੇਟਸ, SCR&O ਸਪੋਰਟਸ ਆਲ ਕੈਂਡੀਡੇਟਸ, ਇਹ ਸਾਰੇ ਕੈਂਡੀਡੇਟਸ ਨੇ ਜੋ CHT ਦੇ ਲਈ ਬੁਲਾਏ ਗਏ ਨੇ। ਹੁਣ ਅੱਗੇ ਜੀ HT 20 ਜਨਵਰੀ ਨੂੰ ਹੀ ਬੁਲਾਏ ਗਏ ਨੇ SCM&B 88 ਜਾਂ 88 ਤੋਂ ਵੱਧ ਅੰਕਾਂ ਵਾਲੇ SCM&BESM ਆਲ ਕੈਂਡੀਡੇਟ, ਜਨਰਲ ESM ਸੈਲਫ ਨੇ ਜਿਹੜੇ ਆਲ ਕੈਂਡੀਡੇਟ, ਅਤੇ ਜਿਹੜੇ ਡਿਪੈਂਡੈਂਟ ਨੇ ਉਹ 78 ਜਾਂ 78 ਤੋਂ ਵੱਧ ਅੰਕਾਂ ਵਾਲੇ BC ESM ਆਲ ਕੈਂਡੀਡੇਟ, ਜਨਰਲ ਸਪੋਰਟਸ ਆਲ ਕੈਂਡੀਡੇਟ ਅਤੇ SCM&B ਸਪੋਰਟਸ ਆਲ ਕੈਂਡੀਡੇਟਸ ਨੇ ਜਿਹੜੇ ਇਹ ਸਕਰੂਟਨੀ ਦੇ ਲਈ ਬੁਲਾਏ ਗਏ ਨੇ। ਠੀਕ ਹੈ ਜੀ, ਹੋਰ ਵੀ ਬਹੁਤ ਸਾਰੀਆਂ ਇੰਸਟਰਕਸ਼ਨਸ ਨੇ ਜਿਨ੍ਹਾਂ ਨੂੰ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਧਿਆਨ ਦੇ ਨਾਲ ਪੜ੍ਹ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਦੋਸਤਾਂ ਦੇ ਨਾਲ ਸ਼ੇਅਰ ਕਰੋ।